ਮੇਰਾ ਵੀਰ, ਮੈਂ ਤਾਂ ਗੁਰੂ ਘਰ ਦਾ ਕੂਕਰ ਹਾਂ, ਮੰਗਤਾ ਹਾਂ, ਅਤੇ ਮੈਂ ਗੁਰੂ ਘਰ 'ਚ ਗੁਰੂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਇਆ। ਇਸ ਲਈ ਗੁਰੂ ਸਾਹਿਬ ਦੀ, ਗੁਰੂ ਘਰਾਂ ਦੀ ਜਿਹੜੀ ਸੇਵਾ ਸੰਭਾਲ ਜਿਹੜੀ ਸਰਕਾਰ ਵੀ ਕਰੂਗੀ, ਮੈਂ ਸਮਝਦਾ ਉਹਨਾਂ ਦੇ ਵੱਡੇ ਪਾਕ ਹੋਣਗੇ। ਇਸ ਲਈ ਗੁਰੂ ਸਾਹਿਬ ਸਮਤ ਬਖਸ਼ਿਸ਼ ਕਰਨ, ਦਾਸ ਇੱਥੇ ਨਤਮਸਤਕ ਹੋਣ ਵਾਸਤੇ, ਆਪਦੀਆਂ ਭੁੱਲਾਂ ਬਖਸ਼ਾਉਣ ਵਾਸਤੇ, ਆਪਦੀਆਂ ਝੋਲੀਆਂ ਭਰਨ ਵਾਸਤੇ, ਗੁਰੂ ਸਾਹਿਬ ਦੀ ਨਾਮ ਦੀ ਦਾਤ, ਖੁਸ਼ੀਆਂ, ਸਮਤ ਛੋਟੇ ਸਾਹਿਬਜ਼ਾਦੇ, ਵੱਡਿਆਂ ਸਾਹਿਬਜ਼ਾਦਿਆਂ ਦੇ, ਮਾਤਾ ਜੀ ਦੇ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ 'ਚ ਨਤਮਸਤਕ ਹੋਣ ਆਇਆ, ਭੁੱਲਾਂ ਬਖਸ਼ਾਉਣ ਸਮਤ ਲੈਣ ਵਾਸਤੇ। ਜਿਹੜੀ ਮਰਜ਼ੀ ਸਿੱਟ ਸਾਡੇ, ਮੇਰੀ ਕਚਹਿਰੀਆਂ ਦੀ ਕਚਹਿਰੀ ਸੱਚੇ ਪਾਤਸ਼ਾਹ ਦਾ ਦਰਬਾਰ, ਉਹ ਚੋ ਗੁਰੂ ਦੀ ਕਿਰਪਾ ਖੈਰ ਚਾਹੀਦੀ ਹੈ, ਬਾਕੀ ਇਹਨਾਂ ਦਾ ਮੈਨੂੰ ਸਰਕਾਰਾਂ ਦੀ ਕੋਈ ਚੜੀ ਲੱਤੀ ਨਹੀਂ। ਜਿਹੜਾ ਹਫ਼ਤਾ ਹੈ ਨਾ ਜੀ, ਇਹ ਜ਼ੁਲਮ ਦੇ ਖਿਲਾਫ਼ ਟਾਕਰੇ ਦਾ ਬੜਾ ਵੱਡਾ ਸੁਨੇਹਾ, ਠੀਕ ਹੈ ਜੀ, ਹੱਕ ਸੱਚ ਦੀ ਗੱਲ ਦਾ, ਔਰ ਕਚਹਿਰੀਆਂ ਦੀ ਕਚਹਿਰੀ ਲੋਕਾਂ ਦੀ ਆ, ਜਾਂ ਉਹ ਤੋਂ ਵੱਡੀ, ਸਭ ਤੋਂ ਵੱਡੀ ਕਚਹਿਰੀ ਰੱਬ ਦੀ ਹੈ, ਉਹ ਤੋਂ ਗੁਰੂ ਦੀ ਕਿਰਪਾ ਚਾਹੀਦੀ ਹੈ, ਇਹਨਾਂ ਦਾ ਮੈਨੂੰ ਕੋਈ ਫਿਕਰ ਨਹੀਂ ਜੀ। ਇਹ ਜੇ ਕਈ ਆਉਣਗੀਆਂ ਤਾਂ ਕਈ ਜਾਣਗੇ। ਸਮਤ ਬਖਸ਼ਣ ਜੀ, ਹਿੰਮਤ ਸਮਤ ਸਮਰੱਥਾ ਮਾਲਕ ਬਖਸ਼ੇ ਜੀ, ਸਿੱਟ ਮੂਹਰੇ ਪੇਸ਼ ਹੋਵਾਂਗੇ ਜੀ। ਇਹ ਤਾਂ ਸਿਆਸਤ ਹੈ ਜੀ, ਸਿਆਸਤ ਕਰੀ ਜਾਣ ਦਿਓ ਜੀ, ਸਾਡਾ ਮੁੱਖ ਮੰਤਰੀ ਕੁਛ ਚਾਹੀਦਾ ਸਿਆਸਤ ਕਰਕੇ। ਮੈਂ ਤਾਂ ਇਹ ਕਹੂੰਗਾ, ਕੇਜਰੀਵਾਲ ਮੇਰੇ ਵੱਡੇ ਵੀਰ ਨੂੰ ਸੱਦਿਆ ਦਿੱਲੀ ਵਾਲਿਆਂ ਨੇ, ਜੇ ਉਹਨੂੰ ਘਬਰਾਹਟ ਹੁੰਦੀ ਹੈ ਮੈਂ ਨਾਲ ਚੱਲੂ, ਵੀਰ ਨੂੰ ਘਬਰਾਉਣ ਦੀ ਲੋੜ ਕੋਈ, ਕਿਉਂਕਿ ਮੇਰਾ ਪਿਆਰ ਹੈ ਕੇਜਰੀਵਾਲ ਨੂੰ, ਮੇਰੇ ਕੋਲ ਮਾਫ਼ੀ ਮੰਗੀ ਹੈ, ਸਾਡਾ ਆਪਦਾ ਪਿਆਰ ਹੈ, ਇਹ ਭਗਵੰਤ ਮਾਨ ਤਾਂ ਉਹਨੂੰ ਠੋਕਣਾ ਚਾਹੁੰਦਾ, ਮਗਰ ਮੈਂ ਉਹਦਾ ਹਮਦਰਦੀ ਹਾਂ। ਕੇਵਲ ਜਿਹੜਾ ਜੀ ਕਰ ਰਹੇ ਨੇ, ਕਹਿੰਦੇ ਕੇਵਲ ਮੇਰੇ ਤੋਂ ਨਾ ਕਰਾਓ ਸਿਆਸੀ।